हां जी ससीका जी सारे ਨੂੰ ਪੰਜਾਬ ਦੇ ਪੈਨਸਰ ਧਾਰਕਾਂ ਵਾਸਤੇ ਵੱਡੀ ਖੁਸ਼ਖਬਰੀ ਨਿਕਲ ਕੇ ਆ ਚੁੱਕੀ ਹੈ ਜੀ 25-2500 ਰੁਪਏ ਪੈਨਸ਼ਨ ਦਾ ਕਰ ਦਿੱਤਾ ਲਾਨ ਇਹਨਾਂ ਲੋਕਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ ਜੀ ਪੈਸੇ ਸਾਰੀ ਡਿਟੇਲ ਜਾਣਕਾਰੀ ਤੇ ਸੰਜਾਰਿਆ ਹੈ ਕਿ ਕਿਹਨਾਂ ਲੋਕਾਂ ਦੇ ਖਾਤਿਆਂ ਵਿੱਚ ਜਿਹੜੇ ਪੈਨਸ਼ਨਾਂ ਦੇ ਪੈਸੇ ਪਾ ਦਿੱਤੇ ਗਏ ਹੈ ਜੀ ਪਰ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਸਕੀਮ ਜਾਂ ਅਪਡੇਟ ਆਉਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹ ਕਿ ਕਿਨਾ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਕਿਉਂ ਨਹੀਂ ਪਾਈਗੀ ਮੈਂ ਕੁਝ ਪੁਆਇੰਟ ਦੱਸਣ ਜਾ ਰਿਹਾ ਹਾਂ ਅਗਰ ਤੁਸੀਂ ਇਹ ਕੰਮ ਨਹੀਂ ਕੀਤੇ ਹੋਏ ਤੇ ਹੋ ਸਕਦਾ ਤੁਹਾਡੀ ਪੈਨਸ਼ਨ ਵੀ ਨਹੀਂ ਦਿੱਤੀ ਜਾਈ ਹੋਏ ਪੰਜਾਬ ਸਰਕਾਰ ਦੁਆਰਾ ਤੇ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਆਪਣੇ ਜਿਹੜੇ ਫੋਨ ਨੰਬਰ ਹੈ ਆਪਣੇ ਆਧਾਰ ਕਾਰਡ ਪਲੱਸ ਵੋਟਰ ਆਈਡੀ ਕਾਰਡ ਪਲੱਸ ਪੈਨ ਕਾਰਡ ਨਾਲ ਜਿਹੜੇ ਲਿੰਕ ਹੋਣੇ ਚਾਹੀਦੇ ਹੈ ਜੀ ਠੀਕ ਹੈ ਜੀ ਇਹ ਆਪਸ ਦੇ ਵਿੱਚ ਲਿੰਕ ਹੋਣ ਚਾਹੀਦੇ ਤੇ ਇਹ ਤੁਹਾਡੇ ਆਪਣੇ ਬੈਂਕ ਖਾਤਿਆਂ ਨਾਲ ਵੀ ਲਿੰਕ ਹੋਣੇ ਚਾਹੀਦੇ ਆ ਇਸ ਤੋਂ ਬਾਅਦ ਹੀ ਜਿਹੜੇ ਆ ਪੰਜਾਬ ਸਰਕਾਰ ਜਿਹੜੇ ਜਿਨ੍ਹਾਂ ਦੇ ਕਾਊਂਟ ਨੰਬਰ ਲਿੰਕ ਹੈ ਆਪਣੇ ਪੈਨ ਕਾਰਡ ਨਾਲ ਵੋਟਰ ਆਈਡੀ ਕਾਰਡ ਨਾਲ ਪਲੱਸ ਆਧਾਰ ਕਾਰਡ ਨਾਲ ਉਹਨਾਂ ਦੇ ਖਾਤਿਆਂ ਵਿੱਚ ਹੀ ਜਿਹੜੇ ਆ ਪੈਸੇ ਜਿਹੜਿਆ ਪੈਨਸ਼ਨਾਂ ਪਾਈਆਂ ਜਾ ਰਹੀਆਂ ਹਨ ਜੀ ਉਸ ਤੋਂ ਇਲਾਵਾ ਜਿਨ੍ਹਾਂ ਦੀਆਂ ਪੈਲੀਆਂ ਹਨ ਜਾਂ ਜਿਨ੍ਹਾਂ ਦੇ ਬਿਜ਼ਨਸ ਚੱਲਦੇ ਹਨ ਜੀ ਤੇ ਜਿਨ੍ਹਾਂ ਦੀਆਂ ਐਫ ਡੀਆਂ ਹਨ ਜਿਹੜੇ ਰਿਟਰਨ ਆ ਭਰਦੇ ਹਨ ਜਿਹੜੇ ਲੋਕ ਰਿਟਰਨ ਆ ਭਰਦੇ ਹਨ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਸਰਕਾਰ ਵੱਲੋਂ ਜਿਹੜੀ ਹੈ ਕੈਨਸਲ ਕਰ ਦਿੱਤੀ ਗਈ ਹੈ ਕਿਉਂਕਿ ਜਦੋਂ ਵੀ ਤੁਸੀਂ ਰਿਟਰਨ ਆ ਭਰਦੇ ਹੋ ਤੇ ਤੁਹਾਡਾ ਜਿਹੜਾ ਆਧਾਰ ਕਾਰਡ ਲੱਗਦਾ ਹੈ ਤੇ ਆਧਾਰ ਕਾਰਡ ਤੇ ਚਿਹਰਾ ਵਾ ਉਸ ਨਾਲ ਜਿਹੜਾ ਸਾਰਾ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਇਸ ਕਰਕੇ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਵੀ ਪਿਛਲੇ ਕਾਫੀ ਚਿਰ ਤੋਂ ਜਿਹੜੀ ਵੈਰੀਫਿਕੇਸ਼ਨਾਂ ਕੀਤੀਆਂ ਜਾ ਰਹੀਆਂ ਸੀ ਇਸ ਕਰਕੇ ਜਿਹੜੀ ਆ ਉਹਨਾਂ ਲੋਕਾਂ ਦੀ ਪੈਨਸ਼ਨ ਕਰ ਦਿੱਤੇ ਗਿਆ ਹਨ ਜੀ ਜਿਹੜੇ ਜਿਹੜੇ ਰਿਟਰਨ ਆ ਭਰਦੇ ਹਨ ਜੀ ਇਹੀ ਜਾਣਕਾਰੀ ਸੀ ਜਿਹੜੇ ਮੈਂ ਤੁਹਾਨੂੰ ਸੰਜੀਕਰਨੀ ਸੀ ਤੇ ਇਸਮੀਲੀ ਦੀ ਪੈਨਸ਼ਨ ਬਹੁਤ ਜਲਦੀ ਤੁਹਾਨੂੰ 1-2 ਹਫ਼ਤੇ ਦੇ ਵਿੱਚ ਵਿੱਚ ਜਿਹੜੀ ਹੈ ਦੇਖਣ ਨੂੰ ਮਿਲਣ ਵਾਲੀ ਹੈ ਜੀ ਕੁਝ ਲੋਕ